ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਤਾਂ ਰੋਡ ਸ਼ੋਅ ਅਦਾਲਤ ਬਾਜ਼ਾਰ ਦੇ ਵਿੱਚ ਕੱਢਿਆ ਜਾ ਰਿਹਾ ਤਾਂ ਸਮਰਥਕ ਇੱਥੇ ਮੌਜੂਦ ਨੇ, ਅਰਵਿੰਦ ਕੇਜਰੀਵਾਲ ਨਾਲ ਮੌਜੂਦ ਨੇ। ਅਖੀਰਲੇ ਪੜਾਅ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਵਿੱਚ ਪਹੁੰਚੇ ਨੇ ਤਾਂ ਇਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਜਿੱਥੇ ਗੁਰਮੀਤ ਸਿੰਘ ਮੀਤ ਏਅਰ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਗਈਆਂ ਤਾਂ ਗੱਲਬਾਤ ਕਰਦੇ ਆ। ਸਾਡੇ ਨਾਲ ਲੋਕ ਮੌਜੂਦ ਨੇ, ਕੀ ਸਰ ਕੀ ਕਹਿਣਾ ਚਾਹੋਗੇ? ਮੁੱਖ ਮੰਤਰੀ ਸਾਹਿਬ ਅੱਜ ਪਟਿਆਲਾ ਦੇ ਵਿੱਚ ਪਹੁੰਚੇ, ਅਖੀਰਲਾ ਦਿਨ ਹੈ ਅੱਜ। ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ 2 ਸਾਲਾਂ ਦੇ ਵਿੱਚ ਜਿਹੜੇ ਕੰਮ ਹੋਏ ਨੇ ਲੋਕ ਪੱਖੀ, ਲੋਕ ਉਹ ਤੋਂ ਬਹੁਤ ਖੁਸ਼ ਨੇ। ਲੋਕ ਅੱਜ ਮੋਦੀ ਦੀ ਤਾਨਾਸ਼ਾਹੀ ਤੋਂ, ਮਹਿੰਗਾਈ ਤੋਂ, ਬੇਰੁਜ਼ਗਾਰੀ ਤੋਂ ਤੰਗ ਆਏ ਹੋਏ ਨੇ। 13-0 ਪੰਜਾਬ ਦੇ ਵਿੱਚ ਹੋਣ ਜਾ ਰਿਹਾ। ਤੁਸੀਂ ਕਹਿ ਰਹੇ ਹੋ 13-0 ਹੋਣ ਜਾ ਰਿਹਾ ਹੈ, ਸੀ ਐਮ ਸਾਹਿਬ ਵੀ ਕਹਿੰਦੇ 13-0 ਹੋਣ ਜਾ ਰਿਹਾ ਹੈ, ਅਰਵਿੰਦ ਕੇਜਰੀਵਾਲ ਵੀ ਕਹਿੰਦੇ 13-0 ਹੋਣ ਵਾਲਿਆ, ਕਾਂਗਰਸ ਦੇ ਵੀ ਕਹਿੰਦੇ 13-0 ਹੋਏਗਾ, ਬੀਜੇਪੀ ਵਾਲੇ ਵੀ ਕਹਿੰਦੇ 13-0 ਹੋਏਗਾ, ਅਕਾਲੀ ਦਲ ਵਾਲੇ ਵੀ ਕਹਿੰਦੇ 13-0 ਹੋਏਗਾ। ਅਸੀਂ ਜੋ ਸਰਕਾਰ ਨੇ ਕੰਮ ਕੀਤੇ ਨੇ ਉਹ ਕੰਮਾਂ ਦੇ ਆਧਾਰ ਤੇ ਵੋਟ ਮੰਗਦੇ ਆ। ਮੋਦੀ ਨੇ 10 ਸਾਲ ਰਾਜ ਕਰਿਆ, ਉਹ ਕੰਮਾਂ ਦੇ ਆਧਾਰ ਤੇ ਨਹੀਂ ਮੰਗ ਰਿਹਾ, ਉਹ ਅੱਜ ਮੰਗਲ ਸੂਤਰ ਤੇ, ਅੱਜ ਹਿੰਦੂ ਮੁਸਲਮਾਨ ਤੇ ਵੋਟ ਮੰਗ ਰਿਹਾ। ਅਸੀਂ ਆਪਣੇ ਕੰਮਾਂ ਤੇ ਵੋਟ ਮੰਗ ਰਹੇ ਹਾਂ। ਨਹੀਂ, ਤੁਸੀਂ ਉਹ ਤਾਂ ਆਪਣੇ ਕੰਮ ਗਣਾਉਂਦੇ ਆ ਵੀ 10 ਸਾਲ ਦੇ ਵਿੱਚ ਅਸੀਂ ਇਹ ਕੰਮ ਕੀਤੇ, ਤਾਂ ਪੰਜਾਬ ਦੇ ਵਿੱਚ ਕੀ ਕੰਮ ਕੀਤੇ ਗਏ 10 ਸਾਲਾਂ 'ਚ, 2 ਸਾਲਾਂ 'ਚ? ਪੰਜਾਬ ਦੇ ਵਿੱਚ ਬਿਜਲੀ ਫਰੀ ਕੀਤੀ, 43,000 ਨੌਕਰੀਆਂ ਦਿੱਤੀਆਂ, ਨਹਿਰਾਂ ਦੇ ਟੇਲਾਂ 'ਤੇ ਪਾਣੀ ਪਹੁੰਚਾਇਆ, 829 ਮਹੱਲਾ ਕਲੀਨਿਕ ਬਣਾਏ। ਜਿਹੜੀ ਧਨਾਟ ਲੋਕਾਂ ਨੇ ਸਰਕਾਰੀ ਜ਼ਮੀਨ ਦੱਬੀ ਹੋਈ ਸੀ 12,000 ਏਕੜ, ਉਹ ਜ਼ਮੀਨ ਖਾਲੀ ਕਰਾਈ ਹੈ ਸਰਕਾਰ ਦਾ। ਜਿਹੜਾ ਪੁਰਾਣੀਆਂ ਸਰਕਾਰਾਂ ਨੇ ਮਾਫੀਆ ਚਲਾਇਆ ਸੀ, ਮਾਈਨਿੰਗ ਮਾਫੀਆ, ਟਰਾਂਸਪੋਰਟ ਮਾਫੀਆ, ਐਕਸਾਈਜ਼ ਮਾਫੀਆ, ਉਹ ਸਾਰਾ ਮਾਫੀਆ ਬੰਦ ਕਰਿਆ। ਗੈਂਗਸਟਰ ਫੜ ਕੇ ਅੰਦਰ ਕਰੇ ਨੇ, ਨਸ਼ੇ ਦੇ ਸਮਗਲਰ ਫੜ ਫੜ ਕੇ ਅੰਦਰ ਕਰੇ ਨੇ। ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੇ। ਦੂਜੇ ਪਾਰਟੀ ਵਾਲੇ ਕਹਿੰਦੇ ਆ, ਚਾਹੇ ਕਾਂਗਰਸ ਵਾਲੇ ਹੋਣ ਚਾਹੇ ਅਕਾਲੀ ਦਲ ਹੋਣ, ਕਿਉਂ ਕਹਿੰਦੇ ਵੀ 2 ਸਾਲਾਂ 'ਚ ਕੋਈ ਕੰਮ ਨਹੀਂ ਕੀਤਾ ਸਿਵਾਏ ਚੁਟਕਲਿਆਂ ਦੇ? ਯਾਰ ਤੁਹਾਨੂੰ ਮੈਂ ਕੰਮ ਕਰਾ ਤੇ, ਅੱਜ ਭਗਵੰਤ ਮਾਨ ਜੀ ਨੇ 43,000 ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਉਹਦੀ ਡਿਟੇਲ ਵੀ ਤੁਹਾਡੇ ਸਾਹਮਣੇ ਪਾਤੀ। ਬਿਜਲੀ ਬੋਰਡ ਪੁਰਾਣਾ ਬਿਜਲੀ ਬੋਰਡ ਜਿਹੜਾ ਪ੍ਰਾਈਵੇਟ ਸੀ ਉਹ ਖਰੀਦਿਆ। ਕੱਲ੍ਹ ਚੱਲਦੀ ਇੰਟਰਵਿਊ ਦੇ ਵਿੱਚ ਭਗਵੰਤ ਮਾਨ ਜੀ ਨੇ CMD ਨੂੰ ਇੰਟਰਵਿਊ ਦੇ ਵਿੱਚ ਪੁੱਛਿਆ ਵੀ ਕਿੰਨਾ ਕੋਲਾ ਪਿਆ। ਅਸੀਂ 2 ਮਹੀਨੇ ਦੇ ਵਿੱਚ 238 ਕਰੋੜ ਰੁਪਏ ਦੀ ਬਿਜਲੀ ਦੂਜੀਆਂ ਸਟੇਟਾਂ ਨੂੰ ਵੇਚੀ ਹੈ। ਅੱਜ ਬਿਜਲੀ ਸਰਪਲਸ ਹੈ, 24 ਘੰਟੇ ਬਿਜਲੀ ਮਿਲਦੀ ਹੈ, ਜ਼ਮੀਨਾਂ ਨੂੰ ਖੇਤਾਂ ਨੂੰ ਬਿਜਲੀ ਮਿਲਦੀ ਹੈ, ਪਿੰਡ ਸ਼ਹਿਰ ਦੇ ਵਿੱਚ ਕੋਈ ਕੱਟ ਨਹੀਂ ਲੱਗ ਰਿਹਾ, ਇਹ ਕੰਮ ਨੇ। ਤੁਸੀਂ ਸਹਿਮਤ ਹੋ ਜੀ ਇਹਨਾਂ ਦੀ ਗੱਲ ਤੋਂ? ਬਿਲਕੁਲ ਸਹਿਮਤ ਹਾਂ ਜੀ। ਝੂਠ ਦੀ ਰਾਜਨੀਤੀ, ਇੱਕ ਪਾਸੇ ਲੋਕਾਂ ਨਾਲ ਜਿਹੜੇ ਕੀਤੇ ਕੰਮ ਇਹਨਾਂ ਨੇ ਗਿਣਾਏ ਨੇ, ਬਿਲਕੁਲ ਸਹੀ ਹੈ। ਕੰਮ ਦੇਖਦੇ ਨੇ, ਕੰਮ ਬੋਲਦਾ ਹੈ। ਸਾਰੇ ਪਿੰਡਾਂ 'ਚ ਨੌਕਰੀਆਂ ਮਿਲੀਆਂ ਨੇ, ਕਈ ਪਿੰਡਾਂ 'ਚ ਤਾਂ 50-50 ਨੌਕਰੀਆਂ ਮਿਲੀਆਂ ਨੇ, ਕੰਮ ਹੋ ਰਹੇ ਨੇ। ਇੱਕ ਪਾਸੇ ਝੂਠ ਤੂਫਾਨ, ਮੋਦੀ ਕਹਿ ਰਿਹਾ ਮੇਰੇ 5 ਪਿਆਰਾਂ 'ਚ ਮੇਰਾ ਚਾਚਾ ਸੀ, ਇਹ ਕੀ ਰਾਜਨੀਤੀ ਹੈ? ਕਦੇ ਕਹਿ ਰਿਹਾ ਮੈਂ ਇੱਥੇ ਬਾਰਾਦਰੀ 'ਚ, ਦੱਸ ਕਿਹੜੇ ਟਾਈਮ ਬਾਰਾਦਰੀ 'ਚ ਆ ਕੇ ਖੇਡਦਾ ਰਿਹਾ? ਇੱਕ ਪਾਸੇ ਝੂਠ ਦੀ ਰਾਜਨੀਤੀ, ਵਿਦੇਸ਼ਾਂ ਦੇ ਨਾਲ ਪਾਕਿਸਤਾਨ ਨਾਲ ਲੜਾਉਣਾ ਨਫ਼ਰਤ ਦੀ ਰਾਜਨੀਤੀ, ਇੱਕ ਪਾਸੇ ਕਿੱਤੇ ਕੰਮਾਂ ਦੀ ਰਾਜਨੀਤੀ। ਇਹ ਤਾਂ ਹੁਣ 13-0 ਹੋ ਕੇ ਰਹਿਣਾ, ਆਮ ਆਦਮੀ ਪਾਰਟੀ ਕਲੀਨ ਸਵੀਪ ਕਰੂ, 13-0 ਲੈ ਕੇ ਜਾਓ। ਦੇ ਵਿੱਚ ਤੁਹਾਨੂੰ ਦਿਖਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪਟਿਆਲਾ ਦੇ ਵਿੱਚ ਪਹੁੰਚੇ ਹੈ। ਪਟਿਆਲਾ ਦੇ ਵਿੱਚ ਪਹੁੰਚ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ, ਕਹਿੰਦੇ 2 ਸਾਲਾਂ ਦੇ ਕੰਮਕਾਰ ਜੋ ਪੰਜਾਬ ਸਰਕਾਰ ਨੇ ਕੀਤੇ ਹੈ ਉਹਦੇ ਬਿਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ, ਤੇ ਸਮਰਥਕਾਂ ਦੇ ਨਾਲ ਗੱਲ ਵੀ ਕੀਤੀ ਹੈ, ਵਲੰਟੀਅਰਾਂ ਦੇ ਨਾਲ ਵੀ ਗੱਲ ਕੀਤੀ ਹੈ ਕਿ 2 ਸਾਲਾਂ ਦੇ ਵਿੱਚ ਅਸਲ 'ਚ ਗਰਾਊਂਡ ਲੈਵਲ ਤੇ ਕੰਮਕਾਜ ਹੋਏ ਨੇ ਜਾਂ ਨਹੀਂ। ਇਹ ਲੋਕਾਂ ਨੇ ਆਪਣੀ ਜ਼ੁਬਾਨੀ ਦੱਸਿਆ, ਪਰ ਹੁਣ ਦੇਖਣਾ ਹੋਏਗਾ
1 ਜੂਨ ਨੂੰ ਵੋਟਾਂ ਹੈ, 1 ਜੂਨ ਨੂੰ ਵੋਟਾਂ ਕੀ ਆਮ ਆਦਮੀ ਪਾਰਟੀ ਦੇ ਹੱਕ 'ਚ ਪੈਣਗੀਆਂ ਜਾਂ ਫਿਰ ਕਾਂਗਰਸ ਦੇ ਹੱਕ 'ਚ ਪੈਣਗੀਆਂ ਜਾਂ ਫਿਰ ਭਾਜਪਾ ਦੇ ਹੱਕ 'ਚ ਪੈਣਗੀਆਂ ਜਾਂ ਫਿਰ ਅਕਾਲੀ ਦਲ ਬਾਜੀ ਮਾਰੇਗਾ, ਪਰ ਇਹ 4 ਜੂਨ ਨੂੰ ਸਾਫ਼ ਹੋਏਗਾ। ਪਰ ਦੇਖਦੇ ਹਾਂ ਹੁਣ 2 ਸਾਲਾਂ ਦੇ ਕੰਮਕਾਜ ਜੋ ਪੰਜਾਬ ਸਰਕਾਰ ਨੇ ਕੀਤੇ ਹੈ ਉਹ ਲੋਕ ਮੋਹਰ ਉਸ 'ਤੇ ਲਾਉਂਦੇ ਹੈ ਜਾਂ ਨਹੀਂ। ਵੀਡੀਓ ਜਨ ਹਰਵਿੰਦਰ ਦੇ ਨਾਲ ਵਿਜੇ ਵਰਾ, ਫੈਕਟ ਨਿਊਜ਼, ਪਟਿਆਲਾ।